इंसानियत नूं शर्मसार कर देने वाला मामला तरन तारण तो सामने आया जिथे एक 65 साल बुजुर्ग दे घिनौने इल्जाम लगे ने। इल्जाम ने कि बुजुर्ग ने अपनी पोतियां वर्गी 12 साल बच्ची नाल बलात्कार किया है। जी हाँ, 12 साल बच्ची जिहड़ी कि उस बुजुर्ग दे घर काम करती सी उन्हां दे बच्चों नूं खिडाउण दा। तां इसे दौरान जदों घर दे विच कोई नहीं सी उसे गल दा फायदा चुकदे हुए बुजुर्ग ने बच्ची नूं अपनी हवस दा शिकार बनाया। सारे इल्जाम पीड़ित बच्ची अते उसदे परिवार दे वल्लों लगाए गए ने। इतों तक कि स्थानक लोगों ने जानकारी दिंदे हुए दस्या कि बच्ची दे नाल गलत हरकत करन तों बाद उसनूं धमकाया भी गया। घर दे विच साडे आउणा जाणा सी, कदी काम आ गई, कदी कोई भी मतलब जिहड़ा जाणी के बड़ा मतलब ना इक प्यार रहिंदी सी कुड़ी। ਉਹ ਪਤਾ ਲੱਗਾ ਕਿ ਇਹ ਕੁੜੀ ਨੂੰ ਇਹਨਾਂ ਨੇ ਕੰਮ 'ਤੇ ਲਾਇਆ ਸੀ ਅਤੇ ਕੰਮ 'ਤੇ ਲਾਇਆ ਬੱਚਾ ਖਿਡਾਉਣ 'ਤੇ ਕੰਮ 'ਤੇ ਲਾਇਆ ਸੀ ਅਤੇ ਇੱਥੇ ਸ਼ੋ ਕੈਰੋ ਨਾਂ ਦਾ ਇਹ ਜਿਹੜਾ ਵਿਅਕਤੀ ਆ 65 ਸਾਲ ਦਾ ਵਾ ਜਿਹਦਾ ਮੁੰਡਾ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦਾ ਲੀਡਰ ਆ ਦੀਪਕ ਕੈਰੋ ਉਹਦਾ ਵਾ। ਇਸ ਕਰਕੇ ਉਹ ਪਤਾ ਲੱਗਾ ਕਿ ਉਹਨਾਂ ਨੇ ਇਹਦੇ ਨਾਲ ਰੇਪ ਕੀਤਾ ਵਾ ਔਰ ਉਹ ਜਿਹੜਾ ਮਾਮਲਾ ਕੱਲ੍ਹ ਹੀ ਸਾਹਮਣੇ ਆਇਆ ਵਾ ਮਹੱਲੇ ਦੇ ਵਿੱਚ ਕਾਫੀ ਚਰਚਾ ਜਦੋਂ ਹੋਈ ਜਦੋਂ ਇਹ ਲੜਕੀ ਜਿਹੜੀ ਆ ਪੀੜ ਨਾਲ ਤੜਫੀ ਤੁੜਫੀ ਇਹਨੇ ਔਰਤਾਂ ਕੋਲ ਗੱਲ ਕੀਤੀ ਆ ਕਿ ਆਂਟੀ ਜੀ ਮੇਰੇ ਨਾਲ ਤਾਂ ਆਹ ਗੱਲ ਹੋਈ ਆ ਅਤੇ ਮੈਨੂੰ ਨਾਲ ਹੀ ਥਰੈਟ ਕੀਤਾ ਵਾ ਕਿ ਜੇ ਇਹ ਗੱਲ ਕਿਸੇ ਨੂੰ ਬਾਹਰ ਦੱਸੀ ਤਾਂ ਤੁਹਾਨੂੰ ਮਾਰ ਦੇਵਾਂਗੇ। ਅਸੀਂ ਮੰਗ ਇਹ ਕਰਦੇ ਹਾਂ ਕਿ ਜਿਹੜਾ ਇਹ ਰੇਪਿਸਟ ਆ ਜਿਹੜਾ ਬਲਾਤਕਾਰੀ ਆ ਉਹਨੂੰ ਮਤਲਬ ਸਖ਼ਤ ਸਜ਼ਾ ਮਿਲਣੀ ਚਾਹੀਦੀ ਆ। ਉਧਰ ਪੁਲਿਸ ਨੇ ਧਾਰਾ 174 ਦੇ ਤਹਿਤ ਮਾਮਲਾ ਦਰਜ ਕਰ ਲਿਆ। ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਕਾਰਵਾਈ ਕਰਨ ਦੀ ਗੱਲ ਆਖੀ ਹੈ। ਤੁਹਾਡੇ ਕੋਲ ਚੁੱਕੀ ਆ ਕੇ ਇੱਕ ਦਰਖਾਸਤ ਦੇ ਕੇ ਗਿਆ ਸੀ ਕਿ ਮੇਰੀ 12-13 ਸਾਲ ਦੀ ਬੱਚੀ ਆ ਉਹਦੇ ਨਾਲ ਕਿਸੇ ਨੇ ਗਲਤ ਹਰਕਤ ਕਰਤੀ। ਉਹਦੇ ਸੰਬੰਧ ਦੇ ਵਿੱਚ ਮੈਂ ਸੀਨੀਅਰ ਅਫਸਰਾਂ ਦੇ ਨੋਟ 'ਚ ਲਿਆਂਦੀ ਸਾਰੀ ਗੱਲ। ਉਹਦੇ ਮੁਤਾਬਕ ਫਿਰ ਰਾਤੀਂ ਡਿਸਕਸ ਕਰਕੇ ਅਫਸਰਾਂ ਨੇ 174 ਦਾ ਨੰਬਰ FIR ਦਰਜ ਕਰ ਦਿੱਤੀ ਸੀ। ਉਹਦੇ ਮੁਤਾਬਕ ਜੋ ਵੀ ਸੀਨੀਅਰ ਅਫਸਰਾਂ ਵੱਲੋਂ ਡਿਸਕਸ ਕਰਕੇ ਜੋ ਵੀ ਕਾਰਵਾਈ ਬਣਦੀ ਹੋਊਗੀ ਉਸ ਦਾ ਮੈਡੀਕਲ ਕਰਾ ਕੇ ਲੜਕੀ ਦਾ ਅਤੇ ਉਹਦੇ ਖਿਲਾਫ਼ ਕਾਰਵਾਈ ਕੀਤੀ ਜਾਵੇ। ਕਿਹਦੇ ਖਿਲਾਫ਼ ਦਿੱਤੀ ਕੀ ਦਰਖਾਸਤ ਹੈ? ਇਹ ਅਸ਼ੋਕ ਕੁਮਾਰ ਆ ਜੀ, ਅਸ਼ੋਕ ਕੁਮਾਰ ਪੁੱਤਰ ਸਤਪਾਲ ਜੀ ਹੈ। ਇਹ ਇੱਥੇ ਫਾਟਕ ਲਾਗੇ ਰਹਿੰਦੇ ਆ, ਉਹਨਾਂ ਦੀ ਉਮਰ 65 ਸਾਲ ਆ। ਉਹਦੇ ਮੁਤਾਬਕ ਉਹਦੇ ਖਿਲਾਫ਼ ਉਹਨਾਂ ਨੇ ਦਰਖਾਸਤ ਦਿੱਤੀ ਵੀ ਇਹਨਾਂ ਦੇ ਘਰ ਲੜਕੀ ਕੰਮ ਕਰਦੀ ਅਤੇ ਉਹਦੇ ਨਾਲ ਕਹਿੰਦੇ ਗਲਤ ਰੱਖ। ਇੱਕ ਬੜੀ ਹੀ ਸ਼ਰਮਨਾਕ ਘਟਨਾ ਹੈ, ਅਜਿਹੀ ਨੀਅਤ ਵਾਲੇ ਲੋਕਾਂ ਖਿਲਾਫ਼ ਬਣਦੀ ਅਤੇ ਸਖ਼ਤ ਕਾਰਵਾਈ ਪ੍ਰਸ਼ਾਸਨ ਨੂੰ ਜਲਦ ਤੋਂ ਜਲਦ ਕਰਨੀ ਚਾਹੀਦੀ ਹੈ। ਤਰਨ ਤਾਰਨ ਤੋਂ ਰਿੰਪਲ ਕੋਲਮ ਦੀ ਰਿਪੋਰਟ, ਸਕਾਈ ਨਿਊਜ਼ ਪੰਜਾਬ। ਜੇ ਤੁਸੀਂ ਐਕਸਪ੍ਰੈਸ ਐਂਟਰੀ ਦੇ ਵਿੱਚ ਜਾਂ PNP ਦੇ ਥਰੂ ਜਾਂ LMIA ਦੇ ਥਰੂ ਜਾਂ ਜੋਬ ਆਫਰ ਦੇ ਥਰੂ ਜਾ ਕੇ ਪੱਕੇ ਤੌਰ 'ਤੇ ਸੈਟਲ ਹੋਣਾ ਚਾਹੁੰਦੇ ਹੋ ਜਾਂ ਤੁਸੀਂ ਸਟੂਡੈਂਟ ਵੀਜ਼ਾ ਅਤੇ ਕੈਨੇਡਾ ਜਾਂ ਆਸਟ੍ਰੇਲੀਆ ਸਕਾਲਰਸ਼ਿਪ ਦੇ ਨਾਲ ਘੱਟ ਫੀਸ 'ਤੇ ਤੁਹਾਡੇ ਐਜੂਕੇਸ਼ਨ 'ਚ ਗੈਪ ਹੈ ਅਤੇ ਤੁਸੀਂ ਪੜ੍ਹ ਕੇ ਜੇ ਸੈਟਲ ਹੋਣ ਦਾ ਸੁਪਨਾ ਪੂਰਾ ਕਰਨਾ ਚਾਹੁੰਦੇ ਹੋ ਤੁਸੀਂ ਹੇਠ ਲਿਖੇ ਨੰਬਰਾਂ ਤੇ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ। ਹਰ ਖਬਰ ਦੀ ਤਾਜ਼ਾ ਅਪਡੇਟ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, Facebook ਚੈਨਲ ਨੂੰ ਲਾਈਕ ਅਤੇ ਸ਼ੇਅਰ ਕਰੋ।